चल यार बोर हो रहे हैं, यूनिवर्सिटी केड़ी लागे आईए। देख लो यार तुसी चलो, मैं तो लाइब्रेरी जाना है। भाई मैनू भी दस दो मैं कित्थे जावां। भाई तू उधर चल। चल भाई जाना कित्थे आ? नवा डिपार्टमेंट बनया भरावा, अगे चल। इधर नू इधर चल भाई। यार इधर आया तू पहला? नहीं यार, यार इधर तो कुछ है ही नहीं। कुछ तो होगा ही। आ सामने की है ओए? ओ भाई आ की चीज आ? इधर नहीं जान दे भाई, हुण आऊ मजा। ओ माय गॉड, पहला क्यों नहीं आया यार आप इतने? सही गल है यार। चल मार्शल, रास्ता तो आही है ना? आही है यार, चली चल सीधा। की गंदा यार। हाँ हो यार, पता नहीं की है। चल आ जाओ ना। लगा था क्या था भाई? पता तो लगे कुछ की चीज है। वो तू अपनी प्रॉपर्टी भूल जाना यार। हाँ अपना 5 स्टार आ, वो अपना 4 स्टार आ, वो अपना 3 स्टार आ। आप भी मालिक है, चेकिंग ले आई था कदे कदे। चल आ तेरे होटल की कहानी मैं पूरी करता। आ रही साढ़े होटल की बी। भाई ये सुखी क्यों है यार? आंदा तो कोई है नहीं यार, इतने नहाना कि भूता ने। चलिए फिर आवे जिधर हूं कोई। आहो यार उधर लवेंगे मजा। यार बाहर का रास्ते लगता यार। चल फिर तू रुक जा, हम जा रहे गाली है। पता नहीं यार इतने सही जा नहीं लग रहा। चल भरावा। लैब कोड किथे? मैनू चाहिए सवेरे, लैब आ मेरी। भाई इतने ही होगा यार, देख ला। तू देख दे यार प्लीज। देखने यार सवेरे प्रैक्टिकल लैंदा। अब बैग फड़ाई यार, इहदे विच ना होवे। ਰਾਵਾ ਕਿੱਥੇ ਆ ਯਾਰ? ਉੱਥੇ ਤਾਂ ਨਹੀਂ ਛੱਡ ਆਇਆ ਕਿਤੇ? ਉੱਥੇ ਉੱਥੇ ਤਾਂ ਨਹੀਂ ਹੋਣਾ। ਆਪਣੇ ਥੱਲੇ ਦੇਖ, ਇੱਥੇ ਕਿੱਥੋਂ ਆ ਗਿਆ? ਨਹੀਂ ਯਾਰ ਫਿਰ ਉੱਥੇ ਹੀ ਰਹਿ ਗਿਆ। ਮੇਰੀ ਲੈ ਬਸ ਬਈ, ਫਿਰ ਉੱਥੇ ਰਹਿ ਗਿਆ। ਉੱਥੇ ਰਹਿ ਗਿਆ, ਮੈਨੂੰ ਆ ਰਿਹਾ ਯਾਦ। ਚੱਲ ਯਾਰ ਕੋਈ ਗੱਲ ਨਹੀਂ, ਬਸ ਚੱਲਦੇ ਆ, ਲੈ ਆਉਂਦੇ ਹਾਂ ਜੇ ਨੇੜੇ ਹੀ ਆ ਤਾਂ। ਨੇੜੀ ਆ, ਚੱਲ ਚੱਲ ਨਾਲੇ ਰਿਫਰੈਸ਼ ਹੋ ਜੂ। ਇੱਥੇ ਨੇੜੇ ਆ ਯਾਰ। ਉਹ ਨੇੜੀ ਆ ਭਰਾਵਾ, ਚੱਲ 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 ਲੈ ਆਉਨੇ ਆ ਯਾਰ। ਭਈਆ ਜਿਆਦਾ ਦੂਰ ਤਾਂ ਨਹੀਂ ਹੈਗਾ, ਟਾਈਮ ਵੀ ਦੇਖ ਲਓ ਯਾਰ, 11 ਵਜੇ ਭਰਾਵਾ ਇੱਥੇ ਆ। ਚੱਲ ਯਾਰ ਚਲੋ, ਮੈਨੂੰ ਲੈਬ ਕੋਟ ਚਾਹੀਦਾ ਸਵੇਰੇ। ਚਲੋ ਯਾਰ ਅੱਗੇ ਤਾਂ ਰਸਤਾ ਬੰਦ ਆ, ਕਿੱਥੇ ਰੱਖੇ ਸੀ ਤੁਸੀਂ? ਮੈਂ ਆ ਗਿਆ ਬਸ ਇੱਥੇ ਹੀ ਆ। ਹਾਂ ਆ ਗਿਆ ਰਸਤਾ ਭਰਾਵਾ। ਭਾਈ ਅੱਗੇ ਦੇਖ ਕੇ ਥੋੜਾ। ਯਾਰ ਤੁਹਾਨੂੰ ਪਤਾ ਹੈ ਅੱਜ ਮੈਨੂੰ ਦੱਸਿਆ ਕਿਸੇ ਨੇ, ਇਹਨੂੰ ਬਲੈਕ ਟੈਂਪਲ ਕਹਿੰਦੇ ਆ। ਇੱਥੇ ਨਾ ਇੱਕ ਵਾਰੀ ਇੱਕ ਬੰਦੇ ਦਾ ਐਕਸੀਡੈਂਟ ਹੋ ਗਿਆ ਸੀ। ਉਹ ਚੁੱਪ ਰਹਿ, ਜਿਵੇਂ ਦੀਆਂ ਗੱਲਾਂ ਕਰੇਗਾ ਉਵੇਂ ਦੀ એનર્ਜੀ ਇਕੱਠੀ ਹੋਣੀ ਹੈ। ਪੂਰੀ ਗੱਲ ਤਾਂ ਸੁਣ ਲੈ। ਉਹ ਬੰਦੇ ਨੂੰ ਲੱਗਿਆ ਕਿ ਟੈਂਪਲ 'ਚ ਕੋਈ ਹੋਣਾ ਅੰਦਰ। ਉਹ ਵਿਚਾਰਾ ਅਧਮਰੀ ਹਾਲਤ 'ਚ ਅੰਦਰ ਆ ਗਿਆ ਤੇ ਇੱਥੇ ਤੜਪ ਤੜਪ ਕੇ ਮਰ ਗਿਆ। ਕਹਿੰਦੇ ਨੇ ਬੜੇ ਲੋਕਾਂ ਨੇ ਦੇਖਿਆ ਬਾਈ ਉਹਨੂੰ। ਤੇ ਬਾਈ ਤੂੰ ਸਾਨੂੰ ਫਿਰ ਵੀ ਇਸ ਟਾਈਮ ਇੱਥੇ ਲੈ ਕੇ ਆ ਗਿਆ? ਯਾਰ ਚੁੱਪ ਰਹੋ ਪਲੀਜ਼। ਬਾਈ ਆ ਗਏ ਅਸੀਂ ਤੇਰੀ ਹੈਲਪ ਕਰਨ, ਆ ਜਾ ਹੱਥ ਦੇ। ਓਏ ਲੱਛਣ ਨਾ ਕਰ ਇੱਥੇ, ਸ਼ਰਨ ਹਟ ਜਾ ਯਾਰ। ਸੀਰੀਅਸ ਕਿਉਂ ਲੈ ਜਾਂਦੇ ਹੋ ਯਾਰ? ਕੋਈ ਨਹੀਂ ਮਰਿਆ ਇੱਥੇ। ਯਾਰ ਜੇ ਤੈਨੂੰ ਦਿਖ ਗਿਆ ਨਾ, ਜਿੱਥੇ ਦਿਖੂਗਾ ਇੱਥੇ ਇੱਥੇ ਜਾਂ ਫਿਰ ਇੱਥੇ। ਜਦੋਂ ਕਦੇ ਦਿਖ ਗਿਆ ਨਾ, ਫਿਰ ਕਦੇ ਮਜ਼ਾਕ ਨਹੀਂ ਉਡਾਉਂਦਾ। ਜਦੋਂ ਦਿਖੂਗਾ ਉਦੋਂ ਮਜ਼ਾਕ ਉਡਾਉਣ ਜੋਗਾ ਨਹੀਂ ਰਹਿਣਾ।
ਭਾਈ ਮੈਨੂੰ ਮੰਦਰ ਤਾਂ ਨਹੀਂ ਲੱਗ ਰਿਹਾ ਯਾਰ, ਮੁਸਲਮਾਨਾਂ ਦੀਆਂ ਕਬਰਾਂ ਨੇ ਸ਼ਾਇਦ। ਇਹਦੀ ਸੁਣ ਲਓ, ਸੱਚੀ ਕਬਰ ਹੈ ਕਿਸੇ ਦੀ? ਭਾਈ ਕਈ ਵਾਰ ਸੱਚੀ ਕੁਝ ਹੁੰਦਾ ਯਾਰ। ਉਹ ਬਸ ਯਾਰ, ਤੂੰ ਯੂਨੀਵਰਸਿਟੀ ਵਿੱਚ ਪੜ੍ਹਦਾ ਬਾਈ, ਤੇ ਫਿਰ ਵੀ ਗੱਲਾਂ ਦੇਖ ਲਓ, ਸਾਇੰਸ ਤੂੰ ਲਈ ਹੋਈ ਆ ਯਾਰ। ਜੋ ਵੀ ਹੈ ਬੜਾ ਇੰਟਰਸਟਿੰਗ। ਜਲਦੀ ਲੈਬ ਕੋਟ ਦੇਖ ਲਾ ਯਾਰ। ਮਿਲ ਜੂ ਯਾਰ, ਸਭ ਮਿਲ ਜੂ, ਰੁਕ ਜਾ 5 ਮਿੰਟ। 12 ਵੱਜ ਗਏ ਨੇ, ਜਲਦੀ ਦੇਖ ਯਾਰ। ਇੱਧਰ ਹੀ ਸੀ ਯਾਰ, ਆ ਗੇਟ ਬੰਦ ਆ, ਇਹਨੂੰ ਨਾ ਖੋਲੀ ਯਾਰ। ਰੁਕ ਜਾ, ਚੈੱਕ ਹੀ ਕਰ ਰਹੇ ਆ, ਇੱਥੇ ਨਾ ਰੱਖ ਤੋੜ ਲਓ, ਚੱਲੀਏ ਯਾਰ। ਇੱਧਰ ਦੇਖ ਲੈਣ ਦੋ ਯਾਰ, ਚੱਲ ਤੂੰ ਦੇਖ ਲਾ ਬਸ ਯਾਰ। ਅੰਦਰ ਸੀਰੀਅਸ ਹੋ ਤੁਸੀਂ? ਅੰਦਰ ਦੇਖਦਾ ਬਾਈ ਮੈਂ, ਇੱਥੇ ਮਿਲ ਜੇ ਯਾਰ। ਓ ਮੈਨ, ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਸਹੀ ਨੇ ਯਾਰ, ਏਦਾਂ ਦੇ ਮੂਮੈਂਟਸ ਪਸੰਦ ਨੇ ਮੈਨੂੰ ਬਾਈ ਸੱਚੀ, ਉਹ ਵੀ ਤੁਹਾਡੇ ਨਾਲ ਯਾਰ। ਐਵੇਂ ਟਾਈਮ ਵੇਸਟ ਕਰਨਾ ਤੂੰ ਸਾਡਾ? ਲੈਬ ਕੋਟ ਲਓ ਚੱਲੀਏ, ਦੇਖ ਲਾ ਲਾਸਟ ਟਾਈਮ, ਜੇ ਯਾਦ ਆਉਂਦਾ ਨਹੀਂ ਫਿਰ ਚੱਲੀਏ। ਯਾਰ ਤੈਨੂੰ ਇਹਦੇ ਲੱਛਣ ਲੱਗਦੇ ਆ ਯਾਦ ਕਰਨ ਵਾਲੇ? ਯਾਰ ਕਿਸੇ ਹੋਰ ਦਾ ਲੈ ਲਈ, ਹੁਣ ਕਿੱਥੇ ਦੇਖਾਂ ਮੈਂ ਇੱਥੇ। ਉਹ ਭਾਈ ਉਹ ਲੈਬ ਕੋਟ ਪਿਆ ਇੱਥੇ, ਪਹਿਲਾਂ ਨਹੀਂ ਦਿਖਿਆ ਯਾਰ, ਪਹਿਲਾਂ ਨਹੀਂ ਸੀ ਯਾਦ ਆ ਮੈਨੂੰ। ਓਹੋ ਮਜ਼ਾਕ, ਉਹ ਵੀ ਮੇਰੇ ਨਾਲ? ਮਜ਼ਾਕ ਨਹੀਂ ਯਾਰ, ਕਸਮ ਨਾਲ। ਦੇਖ ਲਓ ਫਿਰ ਸੱਚੀ, ਕੋਈ ਚੌਥਾ ਬੰਦਾ ਤਾਂ ਨਹੀਂ ਆਪਣੇ ਨਾਲ? ਚੁੱਪ ਰਹਿ ਯਾਰ। ਬਾਈ ਫਿਰ ਇੱਥੇ ਤੇਰਾ ਮਜ਼ਾਕ ਬਹੁਤ ਹੋ ਗਿਆ ਯਾਰ, ਬਾਈ ਪਲੀਜ਼ ਯਾਰ ਤੂੰ ਚੁੱਪ ਹੋ ਜਾ। ਮੇਰੇ ਕੋਲ ਲੈਪਟਾਪ ਹੈ। ਹਾਂ ਯਾਰ ਹੁਣ ਚੱਲ ਯਾਰ। ਬਾਈ ਮੇਰੀ ਗੱਲ ਸੁਣ ਲੈ, ਉਦਾਂ ਹੱਸ ਰਿਹਾ ਮੈਂ ਪਰ ਮਜ਼ਾਕ ਨਹੀਂ ਕਰ ਰਿਹਾ, ਮੈਂ ਨਹੀਂ ਰੱਖਿਆ ਇੱਥੇ, ਤੁਸੀਂ ਰੱਖਿਆ ਤਾਂ ਦੱਸ ਦੋ ਯਾਰ। ਹੁਣ ਤਾਂ ਡਰ ਲੱਗ ਗਿਆ, ਚਲੋ ਚੱਲ ਚੱਲੀਏ ਯਾਰ, ਆਪਾਂ ਕਿਉਂ ਰਹਿੰਦੇ ਇਹਦੇ ਨਾਲ। ਚਲੋ ਜੀਨੇ ਵੀ ਰੱਖਿਆ ਬਾਈ, ਥੈਂਕ ਯੂ ਸੋ ਮੱਚ। ਬਾਈ ਉੱਥੇ ਮੈਂ ਸੱਚੀ ਦੇਖਿਆ ਕੁਛ ਯਾਰ। ਕੀ ਬੋਲੀ ਜਾਂਦਾ ਹੈ ਨਾਮ ਨੂੰ। ਚਲੋ ਯਾਰ ਸਾਰਾ ਮੂਡ ਖਰਾਬ ਕਰਤਾ ਯਾਰ। ਆਹੋ ਯਾਰ ਬੇਚਾਰਾ। ਮੈਂ ਜਲਦੀ ਚੱਲ ਯਾਰ, ਤੇਰਾ ਪੈਂਟੀ ਕਾ ਲੱਗ ਯਾਰ, ਲੈ ਕੋਟ ਲੈ ਲਾ ਬਸ ਇੱਕ ਮਿੰਟ। ਮਜ਼ਾਕ ਉਹ ਵੀ ਮੇਰੇ ਨਾਲ? ਮਜ਼ਾਕ ਨਹੀਂ ਯਾਰ, ਕਸਮ ਨਾਲ। ਦੇਖ ਲਓ ਫਿਰ ਸੱਚੀ, ਕੋਈ ਚੌਥਾ ਬੰਦਾ ਤਾਂ ਨਹੀਂ ਆਪਣੇ ਨਾਲ? ਚੁੱਪ ਰਹਿ ਯਾਰ। ਓਏ ਕਿਹੜਾ ਇੱਥੇ?
भाई चलें, एक बज गया। जल्दी कर यार, जाना आपां। करन जल्दी खा यार। आ किद्दां खाई जाना नाले तू? लेट हो रहे हैं आपां। ठीक है। अच्छा अम्मी, अब आप रखिए, हमें ना रेडी होके निकलना है। जी, आप अपना ख्याल रखिएगा। खुदा हाफिज। जिनत रुको, जिनत रुको, जिनत आज मैं तुमसे वो बात कहनी चाहता हूँ जिनत, जो मैं तब नहीं कह पाया। मैं लौट आया हूँ जिनत, मेरा अल्लाह जानता है मैं तुमसे बेइंतहा मोहब्बत करता हूँ। माफ कीजिए, हमने आपको पहचाना नहीं। जिनत मैं असलम, जिनत माफ करेगी, ऐसी लाइब्रेरी जाना है। मैं तुमसे बेइंतहा मोहब्बत करता हूँ जीनत, जीनत मैं असलम, जीनत मैं लौट आया हूँ, जीनत मैं लौट आया। किथे खड़ा यार? चल यार, लेट हो गए। आ की पढ़ी जाना? चल, तेनू कहा सी ना, काम बाहर जाना है। सारी लाइब्रेरी लभ ली मैं।
सुनिए, मैं जीनत। सुबह वो क्या आपका दोस्त था? हो तुसी हले भी उस गानू लेके सोच रहे जे? नहीं नहीं, वो बात नहीं है। मैंने ना आपसे कुछ बात करनी थी। क्या हम बैठ सकते हैं? तेनू पता चला कुछ की होया? मैं अपना प्रैक्टिकल परफॉर्म कर रहा थी ते अचानक ही रुक जा, किधर जाई जाना ओ भरावा, रुक जा। वो जो सुबह आपके साथ था, कौन था वो? क्या नाम है उसका? कोई गल हुई है कि वो तो मेरा दोस्त सी गुशरन। लेकिन उसने तो अपना नाम असलम बताया ना? नहीं नहीं, थानू कोई गलतफहमी है, वो कोई असलम नहीं, दोस्त था मेरा बचपन का। पता नहीं आप मेरी बात पे यकीन करेंगे या नहीं, पर हमें आपको कुछ बताना है। जिस इंसान का उसने नाम लिया असलम, असलम जानती हूँ मैं असलम को, दोस्त था वो मेरा। पर असलम की तो 2 साल पहले मौत हो चुकी है। उसका नाम सुनते ही मुझे वो सारे पल याद आ गए। वही पागलपन, उसका इतनी शिद्दत से मुझे चाहना, उसकी बेपनाह मोहब्बत। आप मजाक कर रहे हैं? आपको नहीं पता उसकी मौत कैसे हुई? नहीं पता आपको? और रुको तो सही, Thank you.
दिमाग ही खिलारा पा रखे तू आज लिखी जाना उर्दू पता तो मिला तेन शरण ओ शरण शरण नहीं असलम शरण उठ असलम तेनू पता तू किथे नहीं पता जिथे तू बैठा
ਇੱਥੇ ਤੇਰਾ ਕੋਈ ਹੱਕ ਨਹੀਂ। ਹੱਕ ਮੇਰਾ ਹੱਕ ਮੇਰੀ ਜੀਨਤ ਤੇ ਆ, ਸਿਰਫ ਮੇਰੀ ਜੀਨਤ ਤੇ। ਕੌਣ ਹੈ ਜੀਨਤ? ਜੀਨਤ ਜੀਨਤ ਮੇਰਾ। ਰੁਕੋ, ਉਹਦੇ ਪਿੱਛੇ ਜਾਣ ਦੀ ਲੋੜ ਨਹੀਂ, ਉਹ ਸਿਰਫ ਆਪਾਂ ਨੂੰ ਉਲਝਾ ਰਿਹਾ ਹੈ। ਜਿੰਨਾ ਟਾਈਮ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਸ਼ਰਨ ਦੇ ਸਰੀਰ ਵਿੱਚ ਆਇਆ ਕਿਉਂ, ਆਪਾਂ ਉਹਨੂੰ ਸਰੀਰ ਛੱਡਣ ਲਈ ਮਜਬੂਰ ਨਹੀਂ ਕਰ ਸਕਦੇ। ਤੁਸੀਂ ਯਾਦ ਕਰੋ ਕਿ ਸ਼ਰਨ ਨੇ ਕੋਈ ਗਲਤੀ ਤਾਂ ਨਹੀਂ ਕੀਤੀ ਇਹ ਸਭ ਹੋਣ ਤੋਂ ਪਹਿਲਾਂ? ਕੋਈ ਗਲਤੀ ਨਹੀਂ ਕੀਤੀ ਸਾਡੇ ਭਰਾ ਨੇ, ਕੋਈ ਗਲਤੀ ਨਹੀਂ ਕੀਤੀ। ਤੁਸੀਂ ਯਾਰ ਉਹਨੂੰ ਬਸ ਜਲਦੀ ਠੀਕ ਕਰ ਦਿਓ। ਗਲਤੀ ਤਾਂ ਉਹਨੇ ਕੀਤੀ ਹੈ, ਇਹ ਉਸੇ ਰਾਤ ਦੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਨੂੰ ਇਗਨੋਰ ਕਰਤਾ ਹੋਣਾ। ਪਰ ਹੁਣ ਉਹ ਗਿਆ ਕਿੱਥੇ ਆ? ਸਕਦਾ ਆਪਣੇ ਨੇੜੇ ਹੀ ਹੋਵੇ, ਆਪਾਂ ਨੂੰ ਪੂਰੀ ਸਾਵਧਾਨੀ ਨਾਲ ਵਰਤਣਾ ਪਵੇਗਾ। ਉਹਦੇ ਨਾਲ ਗੱਲ ਕਰਕੇ ਹੀ ਪਤਾ ਲੱਗਣਾ ਕਿ ਚੱਕਰ ਕੀ ਆ। ਤੁਸੀਂ ਇੱਦਾਂ ਕਰੋ, ਮੀਟ ਲੈ ਕੇ ਆਓ। ਮੀਟ? ਹਾਂਜੀ ਮੀਟ। ਸਾਡਾ ਸ਼ਰਨ ਮੀਟ ਨਹੀਂ ਖਾਂਦਾ ਯਾਰ, ਅਸੀਂ ਉਹਨੂੰ ਮੀਟ ਨਹੀਂ ਖਵਾ ਸਕਦੇ। ਮੈਂ ਸ਼ਰਨ ਲਈ ਨਹੀਂ ਅਸਲਮ ਲਈ ਕਹਿ ਰਿਹਾ। ਇਹਨਾਂ ਦੇ ਦੋਸਤ ਦੀ ਗਲਤੀ ਸੀ, ਮੈਂ ਆਪਣੀ ਤਹੱਜੁਦ ਅਦਾ ਕਰ ਰਿਹਾ ਸੀ, ਇਹਨਾਂ ਦੇ ਦੋਸਤ ਨੇ ਆ ਕੇ ਵਿੱਚ ਖਲਲ ਪਾਇਆ। ਹੁਣ ਮੈਨੂੰ ਇਹਦਾ ਸ਼ਰੀਰ ਛੱਡਣਾ ਪੈਣਾ, ਤੈਨੂੰ ਆਪਣੇ ਅੱਲਾ ਤੋਂ ਡਰ ਨਹੀਂ ਲੱਗਦਾ? ਮੇਰੇ ਦਿਮਾਗ ਚ ਇੱਕ ਗੱਲ ਆਈ ਆ। ਹਾਂਜੀ ਬੋਲੋ।
ਜੇਕਰ ਆਪਾਂ ਜਿੰਨ ਤੋਂ ਅਸਲਮ ਨੂੰ ਆਪਣੇ ਦੋਸਤ ਦਾ ਸਰੀਰ ਛੱਡਣ ਲਈ ਕਹੀਏ ਤਾਂ ਹੋ ਸਕਦਾ ਯਾਰ ਆਪਣਾ ਸ਼ਰਨ ਠੀਕ ਹੋ ਜੇ, ਨਾਲੇ ਜਿੰਨਤ ਦੀ ਗੱਲ ਕਿਵੇਂ ਟਾਲੇਗਾ। ਗੱਲ ਤੇ ਠੀਕ ਹੈ, ਆਪਣੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈਗਾ। ਜ਼ੀਨਤ ਐਮ ਏ ਸੈਕਿੰਡ ਈਅਰ ਇੰਗਲਿਸ਼ ਦੀ ਸਟੂਡੈਂਟ ਆ ਯੂਨੀ ਵਿੱਚ। ਤੁਸੀਂ ਇੱਦਾਂ ਕਰੋ, ਉਹਨੂੰ ਜਾ ਕੇ ਸਾਰੀ ਗੱਲ ਸਮਝਾਓ ਅਤੇ ਕੱਲ੍ਹ ਸਵੇਰੇ ਉਹਨੂੰ ਨਾਲ ਲੈ ਕੇ ਆਓ। ਮੈਂ ਇਹ ਗੱਲ ਜਾ ਕੇ ਅਸਲਮ ਨਾਲ ਕਰਦਾ। ਮੇਰਾ ਮਤਲਬ ਸੀ ਸਾਰੇ ਜਾ ਕੇ ਗੱਲ ਕਰ। ਮੁਹੱਬਤ ਹੈ, ਅਹਿਸਾਸ ਹੈ ਮੈਨੂੰ। ਸਿਰਫ ਮੈਨੂੰ ਹੀ ਨਹੀਂ, ਖੁਦ ਕੱਲ ਮਿਲਣ ਆਊਗੀ ਤੈਨੂੰ, ਉਹ ਖੁਦ ਕੱਲ ਮਿਲਣ ਆਊਗੀ ਤੈਨੂੰ। ਉਹ ਕਿਵੇਂ? ਮੈਂ ਮਿਲਾਂਗਾ ਤੈਨੂੰ। ਕਿਵੇਂ ਕਿਵੇਂ ਮਿਲਾਏਗਾ? ਚੱਲੀ ਸਾਡੇ ਨਾਲ ਸਵੇਰੇ, ਪਰ ਅਸਲਮ ਪੜ੍ਹ ਕੇ ਨਹੀਂ, ਸ਼ਰਨ ਪੜ੍ਹ ਕੇ। ਮਨਜ਼ੂਰ ਹੈ, ਮਨਜ਼ੂਰ ਹੈ, ਮਨਜ਼ੂਰ ਹੈ। आपको लगता है कि ऐसा करने से कुछ होगा? यार अपने को कोई और चारा भी नहीं है, प्लीज जल्दी चलिए। जीनत, कहाँ हो जीनत? जीनत, ਸਾਡੀ ਆਖਰੀ ਉਮੀਦ ਹੋ। ਜੀਨਤ ਆ ਗਈ ਤੁਮ, ਜੀਨਤ ਆਓ, ਜੀਨਤ ਕੈਸੇ ਹੋ ਅਸਲਮ? ਮੈਂ ਦਰੁਸਤ ਜੀਨਤ, ਮੈਂ ਕਬ ਸੇ ਤੁਮਹਾਰਾ ਇੰਤਜ਼ਾਰ ਕਰ ਰਹਾ ਥਾ। ਚਲੋ ਚਲੋ ਬੈਠਤੇ ਜੀਨਤ। ਅਸਲਮ ਤੁਮ ਮੁਝਸੇ ਮੁਹੱਬਤ ਕਰਤੇ ਹੋ ਨਾ? ਬੇਹੱਦ ਜੀਨਤ, ਬੇਹੱਦ। ਮੇਰੀ ਬਾਤ ਮਾਨੋਗੇ ਨਾ? ਹਮੇਸ਼ਾ ਜੀਨਤ, ਹਮੇਸ਼ਾ। ਤੋ ਚਲੇ ਜਾਓ ਅਸਲਮ, ਛੋੜ ਦੋ ਇਸਕਾ ਸ਼ਰੀਰ। ਧੋਖਾ, ਧੋਖਾ, ਪਹਿਲੇ ਵੀ ਧੋਖਾ, ਆਪੇ ਧੋਖਾ। ਠੀਕ ਹੈ, ਮੈਂ ਚਲਾ ਜਾਊਂਗਾ ਜੀਨਤ, ਮੈਂ ਚਲਾ ਜਾਊਂਗਾ। ਪਰ ਏਕ ਬਾਰ ਮੁਝੇ ਪਿਆਰ ਸੇ ਛੂ ਲੋ।
ਸ਼ੁਕਰ ਆ ਬਾਈ ਤੂੰ ਠੀਕ ਹੋ ਗਿਆ। ਬਾਈ ਹੋਇਆ ਕੀ ਸੀ ਮੈਨੂੰ? ਉਹ ਭਰਾ ਜੋ ਤੂੰ ਮਜ਼ਾਕ ਕਰਦਾ ਸੀ ਨਾ, ਉਹ ਸਾਡੇ ਨਾਲ ਸੱਚੀ ਹੋ ਗਿਆ। ਤੈਨੂੰ ਪਤਾ 3-4 ਦਿਨ ਅਸੀਂ ਕਿੰਨੀ ਟੈਨਸ਼ਨ 'ਚ ਰਹੇ ਹਾਂ। ਉਹ ਬਾਈ ਮੈਨੂੰ ਦੱਸੋਗੇ ਵੀ ਹੋਇਆ ਕੀ ਸੀ? ਵੀਰ ਤੁਸੀਂ ਵੀਡੀਓ ਬਣਾਈ ਆ ਨਾ? ਜੀ ਬਾਈ। ਦਿਖਾਓ ਇਹਨੂੰ। ਆ ਦੇਖ ਆਪਦੇ ਕਾਰਨਾਮੇ। ਠੀਕ ਹੈ, ਮੈਂ ਚਲਾ ਜਾਊਂਗਾ ਜੀਨਤ, ਮੈਂ ਚਲਾ ਜਾਊਂਗਾ। एक बार मुझे प्यार से छू लो। और मुझे दो इजाजत, इसे छोड़कर तुम्हारा जिस्म तुम्हारी मर्जी के मैं ये नहीं कर सकता जी। हाथ आगे बढ़ाओ, हाथ रखो जी।